ਹਾਂਜੀ ਕਿਸਾਨ ਵੀਰੋ, ਸਵਾਗਤ ਆ ਤੁਹਾਡਾ ਆਪਣੇ ਯੂਟਿਊਬ ਚੈਨਲ ਬਾਬਾ ਡੇਅਰੀ ਫਾਰਮ ਦੇ ਉੱਤੇ। ਜੀ, ਅੱਜ ਦੀ ਵੀਡੀਓ ਵਿੱਚ ਆਪਾਂ 9 ਗਾਵਾਂ ਸੇਲ ਲਈ ਲੈ ਕੇ ਆਏ ਜੀ। 4 ਤਾਜ਼ੀਆਂ ਸੂਈਆਂ, 5 ਗੱਭਣਾਂ ਨੇ, ਅਤੇ ਆਓ ਪੁੱਛ ਲੈਂਦੇ ਬਾਈ ਤੁਹਾਡੇ ਅੱਜ। ਬਾਈ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਠੀਕ ਹੋ? ਵਧੀਆ ਜੀ। ਹਾਂਜੀ ਬਹੁਤ ਵਧੀਆ। ਨਾਮ ਅਤੇ ਐਡਰੈਸ ਬੋਲ। ਨਾਮ ਨਿਰਮਲ ਸਿੰਘ ਜੀ, ਪਿੰਡ ਭਾਈ ਰੂਪਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ ਜੀ। ਨੇੜੇ ਪਿੰਡ ਬਾਈ? ਨੇੜੇ ਤਾਂ ਸਲਾਬਪੁਰਾ ਜਾਂਦਾ ਜੀ, ਰਾਮਪੁਰਾ ਫੂਲ ਦੇ ਭਗਤਾ ਭਾਈ ਕੇ ਵਿਚਾਲੇ ਜਾਂਦੇ ਜੀ। ਮੋਬਾਈਲ ਨੰਬਰ ਬੋਲਦੇ? ਫੋਨ ਨੰਬਰ ਜੀ 94638 58, ਦੂਜਾ ਹੈਗਾ ਜੀ 17 78 20 605 ਜੀ। ਠੀਕ ਹੈ ਬਾਈ, ਇਹ ਬਾਈ ਦਾ ਕੰਟੈਕਟ ਨੰਬਰ ਆ, ਬਾਕੀ ਸਕਰੀਨ 'ਤੇ ਚੱਲ ਰਿਹਾ, ਨੋਟ ਕਰ ਲਓ ਬਾਈ। ਜਿਹੜੀ ਪਹਿਲੇ ਨੰਬਰ 'ਤੇ ਵੜ ਦੇ ਨੇ, ਕਿਹੜਾ ਸੂਆ ਸੂਈ ਆ? ਇਹ ਪਲੂਣ ਹੀ ਸੂਈ ਹੈ ਬਾਈ ਜੀ। ਇਹ ਪਲੂਣ ਸੂਈ ਆ? ਹਾਂਜੀ। ਕਦੋਂ ਸੂਈ ਹੈ ਬਾਈ ਇਹ? ਕੱਲ੍ਹ ਵਾਲੀ ਰਾਤ ਦੀ ਸੂਈ ਹੈ, ਮਤਲਬ ਪਰਸੋਂ ਵਾਲੀ ਰਾਤ ਦੀ ਕਲੀ, ਜਿਵੇਂ ਕੱਲ੍ਹ ਦਾ ਦਿਨ ਹੈਗਾ ਜੀ। ਠੀਕ ਹੈ ਬਾਈ। ਹਾਂਜੀ, ਬੱਚੇ ਕੀ ਹੈ ਮਗਰ? ਬੱਚੀ ਹੈ ਜੀ ਮਗਰ। ਬੱਚੀ ਬਹੁਤ ਚੰਗੀ ਹੈ? ਹਾਂਜੀ ਬੱਚੀ, ਬੱਚਾ ਦਿਖਾ ਦਈਏ ਬਾਈ, ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਮਗਰ। ਬੱਚੀ ਆ ਬਾਈ, ਬੱਚੀ ਚੰਗੀ ਆ। ਅਤੇ ਕਿੰਨਾ ਕੁ ਬੋਲੋ ਬਾਈ ਹਾਜ਼ਰ ਆ? ਬਾਈ ਜੀ ਹਲੇ ਮਤਲਬ ਵੀ ਬੌਲੇ 'ਚ ਆ ਵੈਸੇ ਬੈਠਦਾ, ਪਰ ਇਹਦੀ ਨਸਲ ਬਰੀਡ ਚੰਗੀ ਕਰਕੇ ਮੰਨ ਕੇ ਚਲੋ 13-14 ਲੀਟਰ ਬੌਲੀ ਆ ਇਹਦੇ ਕੋਲ ਹੁਣ। ਠੀਕ ਆ। ਫੇਸ ਬੜਾ ਚੰਗਾ ਹਨਾ? ਹਾਂਜੀ ਬਰੀਡ ਬੜੀ ਹੈ ਜੀ। ਫੇਸ ਬੜਾ ਚੰਗਾ ਬਾਈ, ਨਾਸਾਂ ਨੂਸਾਂ ਗੁਲਾਬੀ ਆ, ਖੋਲਦੇ ਬਾਈ ਤੋਰ ਦੇ। ਸੂਈ ਸਵਾਈ ਆ, ਜੇਰ ਕੰਪਲੀਟ ਆ? ਹਾਂਜੀ ਜੇਰ ਸਾਰੀਆਂ ਨਹੀਂ ਕੰਪਲੀਟ ਦੀ, ਓਕੇ ਹੋ। ਠੀਕ ਆ, ਬਾਕੀ ਠੰਡੀ ਜੋ ਬਹੁਤ ਜ਼ਿਆਦਾ ਬੱਚੀ। ਆਰਡਰ ਕਮਾਲ ਦਾ, ਚੰਗੇ ਬੌਲੇ ਤੋਂ ਕਰਮ ਵਾਲੀ ਸਟਾਰਟ ਹੋਈ ਆ। ਤੋਰਾ ਤਾਰਾ ਦੇਖੋ, ਰੰਗ ਰੂਪ ਬਹੁਤ ਚੰਗਾ, ਬਰੀਡ ਫੁੱਲ ਆ ਬੈਠ ਦੇ ਬਾਈ। ਤੋਰਾ ਦੇਖੋ, ਤੋਰਾ ਕਮਾਲ ਦਾ, ਫੇਸ ਬੜਾ ਚੰਗਾ, ਕਰਮ ਵਾਲੀ ਦਾ ਬੋਦੀ ਬਾਜੀ ਬਹੁਤ ਚੰਗੀ ਆ, ਸਨੱਖ ਪੁਣਾ ਬੈਠ ਦੇ, ਵਾਲੀਆਂ ਬਰੀਕੀਆਂ ਜੀ ਬੈਠਦੇ। ਸਹੀ ਗੱਲ ਆ ਬਾਈ, ਪੂਰੀ ਟੌਪ ਦੀ ਬਰੀਡ ਆ ਮੰਨ ਕੇ ਚਲੋ। ਸਹੀ ਗੱਲ ਆ ਬਾਈ। ਸੂਈ ਸਵਾਈ ਆ, ਬੱਚਾ ਮਗਰ ਬੱਚੀ ਆ, ਬੱਚੀ ਵੀ ਚੰਗੀ ਆ ਬਈ। ਥਾਣ ਲੇ ਬਾਬਾ ਜੀ, ਬੜਾ ਕਮਾਲ ਦਾ ਲੱਗਿਆ। ਹਾਂਜੀ ਬੜਾ ਚੰਗਾ ਜੀ ਸਰ। ਗੁਲਾਬੀ ਥਾਣ, ਮੁੱਠੀ ਵਾਲਾ ਥਾਣ, ਚਾਰੇ ਥਾਣ ਨਿਕੜ ਮੈਂ ਪੂਰੇ ਗੈਰ ਤੇ। ਚਵਾਈ ਚੁਈ ਕਿਵੇਂ? ਇੱਕ ਨੰਬਰ ਜੀ ਚਵਾਈ, ਇੱਕ ਨੰਬਰ। ਠੀਕ, ਬਾਕੀ ਠੰਡੀ ਠੁੰਡੀ ਤਾਂ ਬਾਹਲੀ ਆ ਜੀ ਵੈਸੇ। ਕਹਿੰਦੀ ਕੁਛ ਨਹੀਂ ਹਣਾ, ਚੱਕਰੀ ਨਹੀਂ ਪੂਰਾ, ਜਿਵੇਂ ਮਰਜ਼ੀ ਹੱਥ ਲਾਈ ਚੱਲ, ਕੋਈ ਨਹੀਂ, ਐਟੋਂ ਫਸੀ ਖੜੀ ਜਾਏ ਨਹੀਂ ਗੱਲ। ਸਹੀ ਗੱਲ, ਟੁੱਟਮਾ ਜਾ ਵੀ ਉਹ ਲੜਕ ਲੜਕ ਜਾ, ਟੁੱਟਮਾ ਜਾ ਲੇਵਾ ਨਹੀਂ। ਹਾਂ, ਜਦੋਂ ਦੁੱਧ ਤੇ ਆਈ ਮੰਨ ਆਰਡਰ ਆ ਹਣਾ। ਹਾਂ, ਜਦੋਂ ਦੁੱਧ ਤੇ ਆਊਗੀ ਮੰਨ ਕੇ ਚਲੋ, ਹੁਣ ਮੈਂ ਵਧੀਆ ਤਿਆਰ ਕਰਨਾ, ਹੁਣ ਕਿਹਨਾਂ ਦਾ ਬੌਲੇ 'ਚ ਪਸ਼ੂ। ਸਹੀ, ਮੁੱਲ ਕੀ ਇਹਦਾ ਜਾਇਜ਼ ਬਾਈ ਜੀ? ਜਿਹੜਾ ਅੱਜ ਆਪਾਂ ਮੁੱਲ ਕਰਨੇ ਹੈਗਾ, ਉਹਦਾ ਵੈਸੇ ਅੱਗੇ ਵੀ ਆਪਣਾ ਹੁੰਦਾ, ਮੰਨ ਕੇ ਚਲੋ ਅੱਜ ਆਪਾਂ ਜਿੰਨੇ ਦੀ ਦੇਣੀ ਆ ਉਹੀ ਮੁੱਲ ਹੋਊਗਾ, ਕੋਈ ਮੁੱਲ ਹੀ ਜਮਾਂ ਜਾਇਜ਼ ਕਰਨੇ ਆਪਾਂ, ਘਟਾਉਣ ਵਧਾਉਣ ਵਾਲਾ ਚੱਕਰ ਜਮਾਂ ਹੀ ਨਹੀਂ, ਘਟਾਉਣ ਵਧਾਉਣ ਵਾਲਾ ਨਹੀਂ ਹੋਣਾ ਜੀ। ਠੀਕ ਹੈ, ਆਪਾਂ ਮੰਨ ਕੇ ਚਲੋ ਆਪਾਂ ਨੂੰ ਗੱਲ ਫੋਨ ਕਰੀਏ, ਆਪਾਂ ਕਹੀ ਜਾਵੇ, ਉਹ ਗੱਲ ਕੋਈ ਫਾਇਦਾ ਨਹੀਂ। ਸਹੀ ਗੱਲ ਆ ਬਾਈ। ਹਾਂ, ਜਿਹਨੂੰ ਆਪਣਾ ਚੰਗਾ ਲੱਗੂ ਰੇਟ ਮੰਨ ਲਾ ਆਪਣਾ ਕਰ ਲਏ ਗੱਲ, ਕੋਈ ਗੱਲ ਨਹੀਂ। ਠੀਕ ਹੈ ਬਾਈ, ਪਰ ਰੇਟ 'ਚ ਵਾਧਾ ਘਟ ਰਹੇ, ਫਿਕਸ ਰੇਟ ਵਾਲਾ ਹੀ ਮੰਨੂ ਜੀ, ਫਿਕਸ ਰੇਟ ਹੀ ਹੈਗਾ, ਰੇਟ ਹੀ ਜਮਾਂ ਜਾਇਜ਼ ਕਰਨੇ ਜੀ ਆਪਾਂ, ਜਾਇਜ਼ ਹੀ ਕਰਨੇ, ਰੇਟ ਰਲਨੇ ਨਹੀਂ ਕਿਸੇ ਨੇ ਆਪਣਾ। ਠੀਕ ਆ, ਰੇਟ ਨਹੀਂ ਰਲੂ ਕਿਸੇ ਨਾਲ ਵੀ। ਰੇਟ ਬਾਈ ਕਹਿੰਦਾ ਆਪਾਂ ਬਸ ਸੌਦੇਬਾਜ਼ੀ 'ਚ ਨਹੀਂ ਪੈਣਾ ਬਾਈ, ਨਾ ਸੌਦੇਬਾਜ਼ੀ, ਸੌਦਾ ਮੰਨ ਕੇ ਚੱਲੋ, ਜਿੰਨੇ ਜਿੰਨੇ ਦੇਣੀ ਆ ਮੰਨ ਕੇ ਚੱਲੋ ਆਪਾਂ ਉਹ ਵੀ ਦੇਣ ਕਰਨੇ ਵੀਰ, 8-8, 10-10 ਹਜ਼ਾਰ ਰੁਪਏ ਆਪਾਂ ਗਾਂ ਉਹ ਹੀ ਮੰਦੀ ਦੇਣੀ ਜੀ ਬਸ। ਵੀਡੀਓ ਦੇਖ ਕੇ ਗਾਂ ਪ੍ਰੋਪਰ ਆਪਦੀ ਦੇਖ ਕੇ ਬਾਈ, ਕਿਸੇ ਦੇ ਨਾਲ ਮਰਜ਼ੀ ਮੰਨ ਕੇ ਚੱਲੋ, ਚੱਕਰ ਨਾ ਮੰਨਿਓ ਹਾਂ ਬਾਈ, ਰੇਟ ਤਾਂ ਬਾਈ ਨੇ ਸੌਦੇ ਵਾਲਾ ਹੀ ਕਰ ਦੇਣਾ, ਕਿਸੇ ਸਾਰੀ ਮਾਰਕੀਟ ਨਾਲ ਮੰਨ ਕੇ ਰੇਟ ਮਿਲਾ ਲੇ ਬੰਦਾ, ਜੇ 10 ਹਜ਼ਾਰ ਦਾ ਨਾ ਵੱਟਾ ਹੋਵੇ ਗੱਲ ਦਾ। ਠੀਕ ਆ, ਫਿਰ ਦੇਖ ਨਜ਼ਾਰਾ। ਤੇ ਦੱਸ ਦੋ ਬਾਈ ਫਿਰ ਰੇਟ ਜਾਇਜ਼ ਬਾਈ ਜੀ। 57,000 ਰੁਪਏ ਦੀ ਬੱਚੀ ਦੇਣੀ ਹੈ ਬਸ, ਕੋਈ ਇਹਦਾ 65 ਨਹੀਂ, ਕੋਈ 70 ਨਹੀਂ ਗਾ। ਠੀਕ ਆ, ਕੋਈ ਐ ਨਹੀਂ ਕਹਿੰਦਾ 60 ਦੀ ਦੇਣੀ ਹੈ, ਯਾਨੀ ਬੰਦਾ ਆਪਾਂ ਨੂੰ 55 ਵਾਲਾ ਫੋਨ ਨਾ ਲਾਵੇ ਜੀ, ਬਸ ਬੇਨਤੀ ਆਪਣੀ ਇੰਨੀ ਵੀ ਆਪਣੇ ਕੋਲ ਟਾਈਮ ਨਹੀਂ ਹੈ। ਠੀਕ ਆ, ਹਾਂ ਜੀ, ਬੰਦਾ ਕਹਿੰਦੇ 55 ਦੀ ਲੈਣੀ, ਆਪਾਂ ਨਹੀਂ ਦੇਣੀ। ਠੀਕ ਆ ਬਾਈ, ਜਮਾਂ ਜਾਇਜ਼ ਕਰਨਾ ਆਪਾਂ ਮੁੱਲ, 57,000 ਦੀ ਬੱਚੀ ਦੇਊਂਗਾ ਬਸ। ਤੇ ਮੁੱਲ ਬਾਈ ਨੇ ਜਾਇਜ਼ ਰੱਖਿਆ, ਆਰਡਰ ਕਮਾਲ ਦਾ, ਥਾਣ ਲੇਵਾ ਦੇਖੋ, ਕੱਲਾ ਕੱਲਾ ਥਾਣ, ਪਰ ਜਿਹਨੂੰ ਨਰਖ ਪਰਖਾ ਬੰਦਾ ਉਹੀ, ਉਹਨੇ ਤਾਂ ਕਹਿਣੀ ਲੈਣੀ ਦੂਜੀ ਗੱਲ, ਸਹੀ ਗੱਲ, ਇਹਨੂੰ ਪਤਾ ਚੀਜ਼ ਬਾਰੇ। ਬੱਚੀ ਗਾਂ ਨੂੰ 1.25 ਲੱਖ ਦੀ ਹੈ ਜੀ, ਦੂਜਾ ਸੂਆ ਬੰਦਾ ਸਾਂਭ ਲੇਗਾ, 1.25 ਲੱਖ ਦੀ ਬੱਚੀ ਹੈ ਜੀ। 70 ਮੰਗ ਲਾ, 65 ਮੰਗ ਲਾ, ਉਹਦਾ ਕੀ ਫਾਇਦਾ ਹਨਾ ਬਾਈ, ਰੇਟ ਜਮਾਂ ਜਾਇਜ਼ ਹੀ ਮੰਗਿਆ ਬਾਈ ਨੇ ਲੈਣ ਦੇ ਨਾਲੇ। ਹਾਂ, ਨਾਲੇ ਤਾਜ਼ੀ ਦੁੱਧ ਤਾਂ ਦੁੱਧ ਜੀ, ਨਾਲੇ ਮੰਨ ਕੇ ਚੱਲ ਵੀ ਗਾਹਾਂ ਨੂੰ ਇਹ ਦੁੱਗਣੇ ਰੁਪਏ ਕਰੂਗੀ ਬੰਦਾ ਸੰਭਾਈ ਵਾਲਾ ਜਾਣੀ। ਸਹੀ ਗੱਲ, ਮੇਰੇ ਫਾਰਮ ਤੇ ਰਹੇਗੀ 1.25 ਲੱਖ ਦੀ ਵੇਚਣੀ ਅਗਲੇ, ਚੀਜ਼ ਇੱਕ, ਚੀਜ਼ ਇੱਕ। ਹਾਂ ਸਹੀ ਗੱਲ, ਬਾਕੀ ਧਾਰਾ ਮਾਰ ਕੇ ਦਿਖਾ ਦਿੰਦੇ, ਧਾਰਾ ਮਾਰ ਦਿਓ ਕੋਈ ਚੱਕਰ ਨਹੀਂ।
ਚਵਾਈ ਚਵਾਈ ਓਕੇ ਆ ਹੈ ਮੈਂ ਇੱਕ ਨੰਬਰ ਜੀ ਬੰਨੀ ਬੱਚਾ ਥਾਣੀ ਬੜਾ ਕਮਾਲ ਦਾ ਲੱਗਿਆ ਹਾਂ ਦੇਖੋ ਜੀ ਥਾਣਾ ਇੱਧਰ ਦੇ ਸਾਧਨ ਲਿਆ ਜੀ ਹਾਂ ਜਿਵੇਂ ਮਰਜੀ ਕੱਲੀ ਬੰਨ ਕੇ ਬੰਦਾ ਸਾਹ ਵਾਲੇ ਕੋਲ ਜਾ ਵੜੇਗਾ ਕਿਤੇ ਬੱਚੀ ਫੇਰ ਵੇਖ ਜੀ ਨਜ਼ਾਰਾ ਕਿਆ ਬਾਤ ਆ ਅਗਲੇ ਸੂਏ ਨੂੰ ਆਈ ਸੀ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਕਰੀ ਨੀ ਕਹਿੰਦੀ ਗਰਮ ਵਾਲੀ ਕੁਛ ਨੀ ਕੱਲਾ ਸੂਈ ਆ ਕੋਈ ਔਛੋਲ ਹੈ ਜੀ ਮਤਲਬ ਵੀ ਨੀ ਕਿਸੇ ਗੱਲ ਦਾ ਸਹੀ ਗੱਲ ਆ ਬਾਈ ਆ ਨਿਆਣਾ ਵੀ ਆਪਾਂ ਲਾਤਾ ਵੀ ਉਹਨੇ ਹੁੰਦਾ ਖਣੀ ਵੀ ਪਾਉਂਦੇ ਹੁਣ ਤਾਣੀ ਲਾਇਆ ਸਹੀ ਗੱਲ ਆ ਜ਼ਰੂਰੀ ਆ ਕੋਈ ਚੱਕਰ ਨੀ ਜੀ ਉਹ ਮੈਂ ਹੀ ਬੈਠਾ ਦਾ ਥੱਲੇ ਕੋਈ ਟੈਨਸ਼ਨ ਨਹੀਂ ਕਹਿੰਦੀ ਕੁਛ ਨਹੀਂ ਕੋਈ ਚੱਕਰ ਨਹੀਂ ਫੁੱਲ ਕਾਦੀ ਹੁਣ ਚੰਗਾ ਰੰਗ ਰੂਪ ਆ ਪਸਮਾ ਆ ਗਈ ਹੁਣ ਦੇਖੋ ਜੀ ਲੈ ਲੇਵਾ ਪਸਮਾ ਕਰਕੇ ਲੇਵਾ ਦੇਖ ਕੀ ਬਾਤ ਆ ਫਿਟਿੰਗ ਬੜੀ ਤਕੜੀ ਹੈ ਨਾ ਲੇਵੇ ਦੀ ਕਿੰਨਾ ਬਾਹਲਾ ਹਾਜ਼ਰ ਆ ਬਾਈ ਜੀ ਇਹਦੇ ਕੋਲੇ ਮੰਨ ਕੇ ਚੱਲੋ ਵੀ 12-13 ਲੀਟਰ ਬੋਲੀ ਹੈਗੀ ਜਾਨੀ ਇਹ 16-17 ਲੀਟਰ ਦੁੱਧ ਸੇਵ ਵਾਲੇ ਬੰਦੇ ਕੋਲ ਜਾ ਵੜਦਾ ਪਾ ਬੜਾ ਕਮਾਲ ਦਾ ਲੱਗਿਆ ਹਨਾ ਹਾਂਜੀ ਠੀ ਵਾਲਾ ਥਣ ਨਾੜਾ ਨੂੜਾ ਬਾਕੀ ਠੰਡੀ ਠੰਡੀ ਦਾ ਤਾਂ ਕੋਈ ਅੰਤ ਹੀ ਨਹੀਂ ਜਿਹਦਾ ਵੀ ਠੀਕ ਆ ਹਾਂ ਸੇਵ ਵਾਲੇ ਕੋਲ ਨਹੀਂ ਪਿੱਛੇ ਨੂੰ ਇਹਦਾ ਸਹੀ ਗੱਲ ਉਹਨੇ ਉਹ ਮਤਲਬ ਜਿਹੜਾ ਥਣ ਦੇਖੇ ਗੁਲਾਬੀ ਖਾਣਾ ਪੂਰਾ ਪੁੱਠੀ ਮੁੱਠੀ ਦਾ ਥਣ ਐ ਨਹੀਂ ਗੱਲ ਕੋਈ ਕੀ ਬਾਤ ਆ ਬਈ ਹਾਂ ਬਰੀਕ ਵਾਲਾ ਯਾ ਦੇਖੋ ਜਿਹੜੀ ਬੰਦੇ ਨੂੰ ਸਹੀ ਗੱਲ ਇਹ ਚੀਜ਼ਾਂ ਹੁੰਦੀਆਂ ਵੇਖਣ ਵਾਲੀ ਹਨਾ ਬਰੀਕੀ ਆ ਬੱਚੀ ਤੇ ਖੋਲ ਦੋ ਬਾਈ ਤੋਰ ਦੋ ਪਿਓਰ ਦੂਜਾ ਸੂਆ ਕੋਈ ਐ ਨਹੀਂ ਤੀਜਾ ਕੋਈ ਕੈਸੇ ਦੂਜਾ ਸੂਆ ਸੂਈ ਸਵਾਈ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਗਰਮੀ ਘੱਟ ਮੈਨੂੰ ਫੈਂਡ ਆ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਫੇਸ ਬਿਊਟੀ ਕਮਾਲ ਦੀ ਆ ਥਣ ਬੜਾ ਕਮਾਲ ਦਾ ਲੱਗਿਆ ਗੁਲਾਬੀ ਥਣ ਮੁੱਠੀ ਵਾਲਾ ਥਣ ਤੋਰਾ ਦੇਖੋ ਤੋਰਾ ਤਾਰਾ ਬੈਠਦਾ ਫੁੱਲ ਚੰਗਾ ਕੀ ਮੁੱਲ ਆ ਬਾਈ ਲੈਣ ਦੇਣ ਜਦ ਬਾਈ ਜੀ ਇਹ 48,500 ਦੀ ਯਾਨੀ 48,500 ਦੀ ਬੈਠ ਦੇਵਾਂਗੇ ਠੀਕ ਆ ਬਾਈ ਮੁੱਲ ਕੋਈ 55 ਕਰਾਲੇ 60 ਕਰਾਲੇ ਮੁੜ ਕੇ ਘਟੀ ਜਾਵਾਂਗੇ ਉਹ ਕੋਈ ਫਾਇਦਾ ਨਹੀਂ ਕਰਦਾ ਆਪਾਂ ਹਾਂ ਆਪਣੇ ਕੋਲੇ ਵੀ ਇੰਨਾ ਬਾਈ ਤੁਹਾਨੂੰ ਵੀ ਪਤਾ ਮੈਂ ਕੱਲਾ ਆਪਣੇ ਕੋਲੇ ਇੰਨਾ ਟਾਈਮ ਨਹੀਂ ਮੈਂ ਕਹਿ ਦਈਏ ਵੀ ਆਪਾਂ ਨੂੰ ਸਹੀ ਗੱਲ ਆ ਜੇ ਆਪਾਂ ਮੁੱਲਬਾਜੀ ਕਰਨੀ ਨਹੀਂ ਬਸ ਦੇਣੀ ਹੈ ਇੰਨੇ ਦੀ ਉਹੀ ਬੰਦਾ ਆਪਾਂ ਨੂੰ ਫੋਨ ਲਾਵੇ ਚੱਕਰਾਂ ਚ ਬਾਈ ਗਾ ਪੈਣਾ ਨਹੀਂ ਨਾ ਹੀ ਪਾਉਣਾ ਬਾਈ 48,500 ਦੀ ਇਹੋ ਜੀ ਬੈਠ ਕੋ ਤੋਂ ਵੀ ਬੰਦੇ ਨੂੰ ਮਿਲ ਜੇ ਸਹੀ ਗੱਲ ਗਰੰਟੀ ਹੈ ਗੱਲ ਦੀ 48,500 ਰੁਪਇਆ ਮੁੱਲ ਆ ਬਾਈ ਤੇ ਮੁੱਲ ਜਮਾ ਜਾਇਜ਼ ਹੀ ਰੱਖਿਆ ਮਾਨ ਤਾਣ ਪਹਿਲਾਂ ਹੀ ਕਰਤਾ ਬਾਈ ਨੇ ਫੁੱਲ ਮਾਨ ਤਾਣ ਕਰਕੇ ਬਾਈ ਨੇ ਰੇਟ ਰੱਖਿਆ ਮੈਂ ਤਾਂ ਭਾਵੇਂ 60 ਮੰਗ ਲੈ ਫਿਰ ਵੀ ਬਿਕੂ ਜੀ ਫਿਰ ਮਤਲਬ ਵੀ ਸੌਦੇਬਾਜ਼ੀ ਵਾਲੀ ਗੱਲ ਬਣ ਜਾਣੀ ਹੈ ਘਟਾਈ ਜਾਂ ਵਧਾਈ ਜਾਂ ਨਹੀਂ ਸਹੀ ਗੱਲ ਆ ਪੱਕੇ ਪਤਵਾਰਾ ਮਾਰ ਕੇ ਦਿਖਾਉਣੇ ਨੇ ਤਾਰਾ ਮਾਰ ਕੇ ਦਿਖਾਉਣੇ ਲੈ ਨਿਆਣਾ ਪਾਲਣਾ ਜ਼ਰੂਰੀ ਆ ਬਾਈ ਹਾਂ ਉਹ ਤਾਂ ਜ਼ਰੂਰੀ ਹੁੰਦਾ ਕਿ ਜੀ ਹੁਣ ਕਹਿੰਦੀ ਕੁਛ ਨਹੀਂ ਵਿਚਾਰੀ ਆਏ ਨਹੀਂ ਗੱਲ ਸਹੀ ਆ ਸ਼ੱਕ ਐਂ ਚੋਲਾ ਉਹ ਤਾਂ ਐਂ ਹੁੰਦਾ ਕਿ ਹੁਣ ਜੇ ਆਪਾਂ ਨਹੀਂ ਪਾਉਂਦੇ ਅਗਲੇ ਦੀ ਮਨ ਚਾਹਦਾ ਖਣੀ ਪਾਉਂਦੀ ਨਹੀਂ ਬਸ ਆਹੀ ਫਰਕ ਹੈ ਜੀ ਹੋਰ ਨਹੀਂ ਗੱਲ ਕੋਈ ਲਓ ਥਣ ਦੇਖੋ ਬਈ ਕੱਢਿਆ ਕਮਾਲ ਦਾ ਇਹਨੇ ਹਾਂਜੀ ਆ ਦੇਖੋ ਲੈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਾਕੀ ਨਾੜਾ ਨੂੜਾ ਦੇਖੋ ਜੀ ਬਰੀਕ ਵੀ ਨਹੀਂ ਮਾਰਾ ਸਹੀ ਗੱਲ ਸਹੀ ਗੱਲ ਬਾਕੀ ਚਵਾਈ ਦਿਖਾਉਣੇ ਚੋਣ ਕਰਮ ਵਾਲੀ ਨੂੰ ਥਣ ਦੇ ਹਿਸਾਬ ਨਾਲ ਬਹੁਤ ਚੰਗਾ ਲੱਗਦਾ ਕੀ ਬਾਤ ਚਵਾਈ ਬਹੁਤ ਚੰਗੀ ਹੈ ਨਾ ਜੀ ਹਾਂਜੀ ਚੋਣ ਤਾਂ ਜਿਵੇਂ ਮਰਜੀ ਲਾ ਧਾਰਾ ਮਰੀ ਚੱਲ ਕੋਈ ਚੱਕਰ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਲੈ ਮਾਂ ਹੋਏ ਨਾ ਖੜੀ ਆ ਕੀ ਬਾਤ ਆ ਲੈ ਬਾਈ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਆ ਸੂਈ ਆ
ਬਾਈ ਜੀ ਦੂਜਾ ਸੂਆ ਸੂਈ ਹੈ। ਕਦੋਂ ਸੂਈ ਹੈ? ਇਹ ਵੀ ਪਰਸੋਂ ਦੀ ਸੂਈ ਪਈ ਜੀ। ਠੀਕ ਆ, ਬੱਚਾ ਕੀ ਹੈ? ਇਹਦੇ ਮਗਰ ਬੱਚਾ ਜੀ। ਬੱਚਾ ਬਾਈ, ਬਾਹਲਾ ਕਿੰਨਾ ਬਾਈ? ਬਾਹਲਾ ਮੰਨ ਕਹਿ ਲਓ ਵੀ 8 ਕਿਲੋ ਹੈ ਇਸ ਟਾਈਮ ਇਹਦੇ ਕੋਲੇ। ਇਹ ਮਤਲਬ ਸਮਾਈ ਨਹੀਂ ਸੀ ਬੰਦੇ ਜੀ ਤੋਂ ਲਈ ਆ। ਠੀਕ ਆ, ਹਾਂ ਗਰੀਬ ਭਰੀ ਥੋੜੀ ਜੀ ਤੇ ਬੈਠ ਨੂੰ ਸੀਟ ਠੰਡੀ ਪੂਰੀ ਹੈਗੀ। ਲੈ ਜਿਵੇਂ ਮਰਜ਼ੀ, ਜੇ ਜੱਪੇ ਦੀ ਜਮਾ ਓਕੇ ਹੈਗੀ, ਐਸੀ ਗੱਲ ਕੋਈ। ਖਾਣ ਬਹੁਤ ਚੰਗਾ, ਹਾਂ ਪੂਰੀ ਠੰਡੀ ਆ, ਚਵਾਈ ਬਹੁਤ ਚੰਗੀ ਜੀ। ਖੋਲਿਓ ਬਾਈ ਤੁਰ, ਚਵਾਈ ਚੁਵਾਈ ਚੰਗੀ ਆ, ਠੰਡੀ ਆ, ਥੋੜੀ ਬੇਸਮਾਈ ਚਵਾਈ ਆ, ਬੈਠ ਖੈਰ ਚੰਗੀ ਆ, ਸਾਂਭ ਕੇ ਬੈਠ। ਖਾਣ ਪੀਣ ਬਹੁਤ ਆ ਜੀ, ਖਾਈ ਤਰੀ ਜਾਂਦੀ ਆ। ਤੋਰਾ ਤਾਰਾ ਦੇਖੋ, ਤੋਰਾ ਤਾਰਾ ਕਮਾਲ ਦਾ ਬਾਈ, ਚੰਗੀ ਆ ਬੈਠ ਸੂਈ ਸਵਾਈ। ਤੇ ਕੀ ਮੁੱਲ ਆ ਬਾਈ ਇਹਦਾ ਲੈਣ ਦੇਣ ਦਾ? ਬਸ ਜੀ ਬਸ ਦੇਣੀ ਆਪਾਂ 38,000 ਦੀ ਦੇ ਦੇਵਾਂਗੇ ਜੀ। ਬਸ 38,000 ਰੁਪਇਆ, ਕੋਈ 40 ਨਹੀਂ, ਕੋਈ 42 ਨਹੀਂ। ਠੀਕ ਆ, 38,000 ਦੀ ਬੈਠ ਦੇ ਦੇਵਾਂਗੇ। 38,000 ਰੁਪਇਆ ਮੁੱਲ ਆ ਵੀਰੇ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ। ਚਵਾਈ ਚੁਈ ਕਿਵੇਂ ਆ ਬਾਈ? ਇੱਕ ਨੰਬਰ ਜੀ ਦਿਖਾ ਦੇਣੀ ਕੋਈ ਧਾਰਾ ਮਾਰ, ਧਾਰਾ ਮਾਰ ਕੇ ਦਿਖਾਉਣੇ ਕੋਈ ਚੱਕਰੇ। ਇਹਦਾ ਸਾਂਭਣ ਵਾਲੀ ਬਸ ਮਾੜੀ 10 ਦਿਨ ਟਕਾ ਕੇ ਸਾਂਭ ਜੀ, ਦੁੱਧ ਮੰਨ ਕੇ ਚਲੋ 11-12 ਕਿਲੋ ਦੇਣਾ ਨੇ। ਠੀਕ, ਲੈ ਬਾਈ ਠੰਡੀ ਠੰਡੀ ਪੂਰੀ ਆ, ਪੂਰੀ ਠੰਡੀ ਸੀ। ਥਾਣ ਦਿਖਾਉਂਦੇ ਆ ਨੇੜ ਤੋਂ, ਥਾਣ ਬੜਾ ਚੰਗਾ ਹੈ ਨਾ ਬਿਲਕੁਲ। ਲੱਕੜੀ ਬੱਚਾ ਕਰ, ਕੀ ਬਾਤ, ਮੁੱਠੀ ਵਾਲਾ ਥਾਣ, ਕੱਲਾ ਕੱਲਾ ਥਾਣ, ਚਾਰ ਇੱਕੋ ਜੇ ਥਾਣਾ ਨੇ ਪੂਰੀ। ਬਾਕੀ ਚਵਾਈ ਦਿਖਾਉਂਦੇ ਜਿਹੜੇ ਹਿਸਾਬ ਨਾਲ ਥਾਣ ਲੱਗਿਆ, ਚਵਾਈ ਇਹਦੀ ਵੀ ਚੰਗੀ। ਹਾਂਜੀ, ਚਵਾਈ ਬੜੀ ਚੰਗੀ, ਥਾਣ ਬੜਾ ਚੰਗਾ ਹੈ ਨਾ ਬਾਈ। ਲੈ ਜਿਵੇਂ ਮਰਜ਼ੀ ਚੋਈ, ਚੱਲ ਕੋਈ ਚੱਕਰ ਨਹੀਂ, ਚਵਾਈ ਚੋਈ ਨੰਬਰ ਆ। ਮਗਲੇ ਥਾਣ ਦੇਖ ਲਓ ਜੀ, ਕੋਈ ਭੂਲ ਸ਼ਾਹ ਨਾ, ਇੱਕ ਨੰਬਰ ਚਵਾਈ। ਸਹੀ ਗੱਲ ਆ, ਆਹੀ ਖੜੀ ਰਹਿਣਾ, ਹਿਲ ਚੱਲ ਵੀ ਕੋਈ ਨਹੀਂ। ਮੁੱਲ ਜਮਾ ਜਾਇਜ਼ ਆ ਬਾਈ, 38,000 ਰੁਪਇਆ ਮੁੱਲ ਆ, ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ। ਕਿਆ ਬਾਤ, ਅੱਗੇ ਬਾਈ ਚਾਰ ਨੰਬਰ ਬਾਈ ਜੀ, ਦੂਜਾ ਸੂਆ ਸੂਈ ਹੈ। ਇਹ ਵੀ ਮਤਲਬ ਅਜੇ ਤੀਜਾ ਦਿਨ ਸੂਈ ਨੂੰ ਆ। ਠੀਕ ਆ, 14-15 ਕਿਲੋ ਬਾਹਲਾ ਤਿਆਰ ਹੈ ਜੀ ਇਹਦੇ ਕੋਲੇ। ਠੀਕ ਆ, ਤੇ ਪਰ ਇੱਕ ਥਣ ਦੀ ਤਿਲ ਆ ਇਹ, ਮਗਰਲੇ ਥਣ ਦੀ ਤਿਲ ਆ ਜੀ ਇਹ। ਠੀਕ ਆ, ਹਾਂਜੀ, ਆਹ ਇੱਕ ਥਣ ਤੋਂ ਬਾਈ ਮਗਰਲੇ ਤੋਂ ਤਿਲ ਆ। ਬੱਚਾ ਕੀ ਦੇਤਾ ਇਹਨੇ? ਬੱਚਾ ਜੀ, ਬੱਚਾ ਦੇਤਾ, ਪਰ ਦੁੱਧ ਇਹਨੇ ਮੰਨ ਕੇ ਚਲੋ 20+ ਚੱਲਣਾ। ਆਰਡਰ ਕਮਾਲ ਆ, ਹਾਂਜੀ, ਮੁੱਠੀ ਵਾਲਾ ਥਣ, ਤੀਜਾ ਦਿਨ ਸੂਈ ਨੇ ਇਹਦੇ ਕੋਲੇ 13-14 ਕਿਲੋ ਬਾਹਲਾ ਖੁੱਲਾ ਹੈਗਾ। ਖੋਲਿਓ ਬਾਈ ਤੁਰ, ਸੂਈ ਸਵਾਈ ਆ, ਕੱਦ ਵੱਢ ਚੰਗਾ, ਰੰਗ ਰੂਪ ਚੰਗਾ, ਚੰਗੀ ਆ ਬੈਡ, ਸਨੱਖੀ ਆ, ਤੇ ਤਿਲ ਆ ਬਾਈ ਇੱਕ ਥਣ ਤੋਂ। ਕਿੰਨਾ ਬਾਹਲਾ ਦੱਸਿਆ ਜੀ ਬਾਈ ਨੇ? ਦੁੱਧ 13-14 ਕਿਲੋ ਬਾਹਲਾ ਤਾਂ ਹੈਗਾ ਜੀ ਇਹਦੇ ਕੋਲੇ ਮੰਨ ਕੇ ਚਲੋ। ਓਕੇ ਬਾਈ, ਹਾਂ, ਤੇ ਕੀ ਮੁੱਲ ਆ ਬਾਈ ਜਾਇਜ਼ ਦਾ? ਬਾਈ ਜੀ ਇਹ ਦੇ ਦਾਂਗੇ 38,000 ਦੀ ਅੱਜ। ਠੀਕ ਆ, ਹਾਂ, ਮਾਨਤਾਨ ਹੋ ਜੀ ਤਾਂ ਬੈਠ ਸੀਗੀ 60-62,000 ਦੀ। ਹਾਂਜੀ ਠੀਕ ਆ, ਆ ਜਾ, 38,000 ਰੁਪਇਆ ਮੁੱਲ ਆ ਵੀਰੇ, ਮਾਨਤਾਨ ਜਿਹੜਾ ਮੌਕੇ ਤੇ। ਤੇ ਉਹ ਦੂਜਾ ਸੂਆ ਹੈਗਾ, ਤਿਲ ਕਰਕੇ ਰੇਟ ਘੱਟ ਆ ਬਾਈ, ਕਹਿੰਦਾ ਬੈਠ ਤਾਂ ਨਹੀਂ ਚੰਗੇ ਰੁਪਈਆਂ ਦੀ ਸੀਗੀ। ਤੇ ਚਵਾਈ ਚਵੀ ਕਿਵੇਂ ਆਉ? ਦਿਖਾ ਦੇਣੀ ਇੱਕ ਨੰਬਰ ਚੋਣ ਚਾਨ। ਠੀਕ ਆ, ਤਾਰਾ ਮਾਰ ਕੇ ਦਿਖਾਉਂਦੇ ਕੋਈ ਚੱਕਰ ਹੀ ਨੀ ਬਾਈ, ਕਹਿੰਦਾ ਚੋਣ ਚਾਨ ਇੱਕ ਨੰਬਰ, ਕੱਦ ਵਿੱਢ ਵੀ ਚੰਗਾ, ਰੰਗ ਰੂਪ ਬਹੁਤ ਚੰਗਾ, ਫੇਸ ਕਰਮਾਈ ਦਾ ਬੜਾ ਪਿਆਰਾ ਫੇਸ ਦੇਖ। ਤਾਰਾਂ ਤੂਰਾਂ ਦਿਖਾਉਂਦੇ ਆ ਮਾਰ ਕੇ, ਚੰਗੀ ਆ, ਠੰਡੀ ਸੀਲ ਆ, ਯਾਨੀ ਦੁੱਧ ਨੂੰ ਬਾਹਲੀ ਖਰੀ ਜੀ ਬੈਠਾ। ਅੱਛਾ, ਹਾਂਜੀ, ਆਰਡਰ ਵੀ ਦੱਸ ਦੇਣਾ, ਆਰਡਰ ਬਹੁਤ ਸੋਹਣਾ 20 ਤੋਂ ਬਾਹਰ ਦੇਣਾ ਜੀ। ਠੀਕ ਆ, ਹਾਂਜੀ, ਲੈ ਬੰਨੀ ਬੱਚਾ ਓਏ, ਬੰਨੀ ਬਈ, ਖਾਣਾ ਦਾ ਜੋਸ਼ ਜਸ ਦੇਖੋ ਜੀ, ਐ ਨਹੀਂ ਗੱਲ ਹੋਇਆ ਚੀਜ਼ਾਂ ਦੀ, ਕਮਾਲ ਦਾ ਖਾਣਾ, ਜੋਸ਼ ਦੇ ਮੁੱਠੀ ਵਾਲਾ, ਜਣੀ ਆ ਥਣ ਆਪਾਂ ਤਿਲ ਕਹਿ ਕੇ ਦਿੰਨੇ ਆ, ਪਰ ਇਹ ਥਣ ਮੰਨ ਕੇ ਲੋ ਵੀ ਮਹੀਨੇ 20 ਦਿਨ ਚ ਬਰਾਬਰ ਹੋ ਜੂ ਜੀ। ਠੀਕ ਆ, ਆਉਂਦੀਆਂ ਧਾਰਾਂ, ਹਾਂ ਧਾਰਾਂ ਆਉਂਦੀਆਂ ਜੀ। ਠੀਕ ਆ, ਹਾਂ, ਆ ਦੇਖ ਲਈ ਤਾਂ ਆ ਤਿਲ ਥਣ ਆਪਾਂ ਕਹਿੰਦੇ ਆ, ਆ ਧਾਰ ਦੇਖ ਲਓ ਜੀ, ਲੈ ਧਾਰਾਂ ਆਉਂਦੀਆਂ, ਧਾਰਾਂ ਆਉਂਦੀਆਂ, ਪਰ ਤਿਲ ਮੰਨ ਕੇ ਆਪਾਂ ਤਿਲ ਕਹਿ ਕਹਿੰਦੇ, ਮੁੜ ਕੇ ਲਾ ਕਹਿੰਦਾ ਖਨੀ ਤੂੰ ਜਾਣ ਕੇ ਦੇਤੀ। ਸਹੀ ਆ, ਚੱਲ ਵੀ ਸਕਦਾ, ਨਹੀਂ ਵੀ ਚੱਲ ਸਕਦਾ ਬਾਈ, ਨਹੀਂ ਜੇ ਬੰਦਾ ਦਵਾਈ ਬੂਟੀ ਦੇ ਲਈ ਚੱਲੂਗਾ, ਚੱਲੂਗਾ ਨਾ, ਹਾਂਜੀ, ਜੇ ਬੰਦਾ ਹਿੰਮਤ ਕਰ ਲਏਗਾ ਕੋਈ ਦਵਾਈ ਬੂਟੀ ਦੇ ਲਈ। ਸਹੀ ਗੱਲ ਆ, ਆਪਣੇ ਕੋਲ ਤਾਂ ਟਾਈਮ ਨਹੀਂ ਬਾਈ, ਐਵੇਂ ਆਪਾਂ ਕਹੀ ਜਾਗੇ। ਸਹੀ ਗੱਲ ਆ, ਇੰਨਾ ਮੱਥਾ ਬਾਰ ਨੂੰ, ਬਾਕੀ ਲੈ ਚੋਣ, ਚੋਣ ਬੜਾ ਚੰਗਾ ਹਨਾ,
ਲੈ ਬਾਈ ਕਿਆ ਬਾਤ ਆ, ਚਵਾਈ ਦੇਖੋ ਚਵਾਈ ਫੁੱਲ ਚੰਗੇ, ਮਗਰਲੇ ਥਾਂ ਦੀ ਚਵਾਈ ਦੇਖੋ। ਬਾਕੀ ਠੰਡੀ ਸੀ ਲਾ ਜਿਵੇਂ ਮਰਜ਼ੀ ਤਾਰਾ ਮਾਰੀ ਚੱਲ ਕੋਈ ਚੱਕਰ ਨਹੀਂ, ਚਵਾਈ ਚਵਾਈ ਇੱਕ ਨੰਬਰ ਆ ਲੈ ਬਾਈ। ਅੱਗੇ ਬਾਈ ਪੰਜ ਨੰਬਰ ਤੇ ਕਿਹੜਾ ਸੁਆ ਸੁਣਦੀ ਆ ਬਾਈ? ਜੀ ਦੂਜਾ ਸੁਆ ਸੁਣਦੀ ਆ। ਕਿੰਨੇ ਕਿ ਦਿਨ ਲੈਂਦੀ ਆ ਜੀ? ਇਹ ਮੰਨ ਕੇ ਚੱਲੋ ਇੱਕ ਹਫਤੇ ਦੀ, ਸੱਤ ਅੱਠ ਦਿਨ ਦੀ ਕੱਚੀ ਆ। ਹਫਤਾ ਸੱਤ ਅੱਠ ਦਿਨ ਵਾਲੀ, ਠੀਕ ਆ ਬਾਈ। ਪਿਓਰ ਦੂਜਾ ਸੁਆ ਸੁਣਾ ਬੱਚੀ ਨੇ। ਕੀ ਰਿਕਾਰਡ ਆ ਬਾਈ ਦੁੱਧ ਦਾ? ਪਹਿਲੇ ਸੂਏ ਦਾ ਹੈਗਾ ਜੀ 18-19 ਲੀਟਰ ਦਾ, 18-19 ਲੀਟਰ ਪਾ ਦੋ ਜੀ ਬੰਦਾ ਸੇਵ ਵਾਲੇ ਕੋਲ ਜਾ ਵੜੇ। ਠੀਕ ਆ ਬਾਈ, ਹਾਂਜੀ ਖੋਲ ਦੇ ਬਾਈ, ਤੋੜ ਕੇ ਰੱਖ। ਬਾਕੀਆਂ ਬਰੀਕੀਆਂ ਬਰੂਕੀਆਂ ਬਹੁਤ ਆਈ ਬੱਚੀ ਤੇ, ਕੱਲੀ ਕੱਚੀ ਕੱਚੀ ਆ, ਉਸ ਹਿਸਾਬ ਨਾਲ ਅੰਦਾਜ਼ਾ ਲਾ ਲਓ ਬਣੂਗੀ ਬਹੁਤ ਹਨ। ਵਿਟਲ ਨਾ ਦੇਖੋ ਇਹ ਲਟਰ ਨਾ ਬਾਲੀਆਂ ਬਣੂਗੀ ਬਹੁਤ, ਮੈਂ ਕਹਾਂ ਨਾ ਬਣੂ ਬਹੁਤ ਜੀ। ਕੀ ਬਾਤ ਆ, ਲੇ ਵਾਲੂ ਬਠਵਾ ਦਾ ਨਾੜਾ ਨੂੰ ਨਾ ਫੁੱਲ ਚੰਗੀ ਤਾਂ ਵੀ ਚੰਗਾ ਲੱਗਦਾ। ਹਾਂਜੀ ਫੇਸ ਬੜਾ ਚੰਗਾ, ਕੱਲ ਪ੍ਰਿੰਟ ਬਹੁਤ ਚੰਗਾ ਹਨ। ਹਾਂਜੀ ਹਾਂਜੀ ਪ੍ਰਿੰਟ ਕਰਮਾਈ ਦਾ ਬਹੁਤ ਚੰਗਾ, ਬਰੀਟ ਵਾਲੀ ਆ ਬੜ। ਬਾਕੀ ਤੋਰਾ ਤਾਰਾ ਦਿਖਾਉਂਦੇ ਆ, ਤੋਰਾ ਤਾਰਾ ਵੀ ਕਮਾਲ ਦਾ ਬਈ। ਕਿਆ ਬਾਤ, ਬਸ ਕੱਚੀ ਕੱਚੀ ਥੋੜੀ ਲੇਵੇ ਦੀ ਦੱਖ ਨਹੀਂ ਦਿੰਦੀ। ਸਹੀ ਗੱਲ ਆ ਬਈ, ਹਾਂਜੀ ਤੇ ਮੁੱਲ ਕੀ ਇਹਦਾ ਜਾਇਜ਼ ਆ ਬਈ? ਬਈ ਜੀ ਮੁੱਲ ਵੀ ਅੱਜ ਕੱਚੀ ਦੇ ਹਿਸਾਬ ਨਾਲ ਹੀ ਹੋਣਾ ਇਹਦਾ। ਮੱਛੀ 65-70 ਹਜ਼ਾਰ ਦੀ ਜਿਹਦੇ ਤਿਆਰ ਹੋ ਗਈ, ਠੀਕ ਆ। 57 ਹਜ਼ਾਰ ਦੀ ਮੱਛੀ ਦੇ ਦਾਂਗੇ ਆਪਾਂ, 57 ਹਜ਼ਾਰ ਦੀ ਬਾਈ ਕਹਿੰਦਾ ਬੈਡ ਦੇ ਦਿਆਂਗੇ ਬਾਈ, ਤੇ ਜਿੱਦੇ ਤਿਆਰ ਹੋ ਗਈ ਉਹਦੇ ਬੈਡ ਚੰਗੇ ਰੁਪਈਆਂ ਦੀ ਆ। ਹਲੇ ਢਿੱਲਾਂ ਬਹੁਤ ਪਈਆਂ, ਸਾਰੀਆਂ ਬਾਲ ਢਿੱਲਾਂ ਕੱਢੋ, ਨਾੜਾ ਨੂੜਾ ਬਾਲ ਗਈਆਂ ਜਾਂਦੀ ਦਿਖਾ ਦਿਓ, ਜਿਹੜੇ ਬੰਦੇ ਨੂੰ ਪਰਖ ਉਹ ਚੀਜ਼ ਦਾ ਮਤਲਬ ਪਰਖ ਲੈਂਦਾ ਹੀ ਬੰਦਾ। ਸਹੀ ਗੱਲ ਆ, ਲੈ ਕਿਆ ਬਾਤ ਆ, ਨਾੜਾ ਨੂੜਾ ਬਹੁਤ ਚੰਗੀਆਂ, ਨਾੜਾ ਨੂੜਾ ਬਹੁਤ ਬਰੀਕੀ ਆ। ਸਹੀ ਗੱਲ ਆ, ਬਰੀਕੀ ਚੱਲ। ਹਾਂਜੀ ਅੱਗੇ ਬਾਈ 6 ਨੰਬਰ ਤੇ ਕਿਹੜਾ ਸੂਆ ਬਾਈ? ਬਾਈ ਜੀ ਸੂਆ ਇਹ ਵੀ ਦੂਜੇ ਸੁਣਦੀ ਆ। ਕਿੰਨੇ ਕਿ ਦਿਨ ਲੈਂਦੀ ਇਹ? ਮੰਨ ਕੇ ਚੱਲੋ ਹਲੇ ਹਫਤੇ 10 ਦਿਨ ਦੀ ਕੱਚੀ ਆ। ਹਫਤੇ 10 ਦਿਨ ਦੀ, ਹਾਂ ਜਾਨੀ ਦੁੱਧ ਦਾ ਦਰਕਾਰ ਇਹਦਾ ਬਹੁਤ ਚੰਗਾ ਜਿਹਦਾ 18-19 ਲੀਟਰ ਇਹਦਾ ਕੱਢਿਆ ਵਾ। ਠੀਕ ਆ ਬਾਈ, ਹਾਂ ਇਹ ਮੈਕਸੀ ਬਰੀਡ ਚ ਆ ਗਈ, ਖੋਲਿਓ ਬਾਈ ਤੋਰ। ਹਾਂਜੀ ਕੱਚੀ ਕੱਚੀ ਆ, ਦਿਨ ਲੈਂਦੀ ਆ ਹਜੇ, ਉਹਦੋਂ ਆਰਡਰ ਜਿਹੜਾ ਵਧੀਆ ਤਿਆਰ ਕਰ ਲੂ, ਕੱਦ ਵੱਡ ਚੰਗਾ ਰੰਗ ਰੂਪ ਨਹੀਂ, ਝੋਲ ਝਾਲ ਤਾਂ ਬਾਲਾ ਜੀ ਥੱਲੇ ਦੇ। ਹਾਂ ਲੇਵਾ ਬਹੁਤ ਆ ਬਾਈ, ਦੁੱਧ ਤਾਂ 20 ਲਾਂ ਬਹੁਤ ਪਈਆਂ ਨੇ। ਬਾਕੀ ਤੋਰਾ ਤਾਰਾ ਚੈੱਕ ਕਰ ਲੂ ਕੀ ਮੁੱਲ ਆ ਬਾਈ ਜਾਇਜ਼ ਜਿਹਾ? ਬਾਈ ਜੀ ਤਾਂ ਜਮੀ ਜਾਇਜ਼ ਅੱਜ ਕੱਚੀ 10 ਦਿਨ ਦੀ ਕਰਕੇ ਗਾ 48-50 ਹਜ਼ਾਰ ਦੀ ਬਸ। ਠੀਕ ਦੇ ਦਿਆਂਗੇ ਬਸ, 48-50 ਹਜ਼ਾਰ ਦੀ ਬਾਈ, ਇਹਦੇ ਚੋਂ ਜਾਨੀ ਹੋਣਾ ਕੁਛ ਨਹੀਂ ਹੋਰ। ਠੀਕ ਆ, ਹਾਂਜੀ ਠੀਕ ਆ ਬਾਈ, ਮੁੱਲ ਜਮਾ ਜਾਇਜ਼ ਹੀ ਰੱਖਿਆ ਬਾਈ ਨੇ, ਤੇ ਵਿੱਚੋਂ ਮਾੜਾ ਮੋਟਾ ਛੋੜ ਛੱਪਾ ਚਲੋ 60-62 ਹਜ਼ਾਰ ਦੀ ਜੀ ਤਿਆਰ ਹੋਈ ਕਰਮ ਵਾਲੀ, ਨਾੜਾ ਨੂੜਾ ਫੁੱਲ ਚੰਗੀਆਂ, ਮਹੀ ਲੈਵਲ ਉਹ ਹਲੇ ਬਹੁਤ ਪਿਆ ਜੀ, ਹਲੇ ਤਾਂ ਮਤਲਬ ਸਟਾਰਟ ਹੀ ਹੋਈ ਹੈ। ਸਹੀ ਗੱਲ ਆ, ਹਜੇ ਤਾਂ ਸਟਾਰਟ, ਬਾਕੀ ਐ ਨਹੀਂ ਗੱਲ ਕੋਈ ਵੀ ਐ ਕੋਈ ਗਰਮ ਸ਼ਰਮ ਵਾਲਾ ਕੰਮ ਵੀ ਨਹੀਂ ਕੋਈ, ਐ ਪੂਰੀ ਠੰਡੀ ਹੈ ਜੀ ਕੋਈ ਗੱਲ। ਸਹੀ ਗੱਲ ਆ, ਕਹਿੰਦੀ ਕੁਛ ਨਹੀਂ, ਕੁਛ ਵੀ ਨਹੀਂ ਮਤਲਬ ਹੀ ਨਹੀਂ। ਕੀ ਬਾਤ ਹੈ ਜੀ, ਅੱਗੇ ਵੀਰੇ 7 ਨੰਬਰ ਕਿਹੜਾ ਸੂਆ ਹੈ ਬਾਈ ਜੀ? ਦੂਜਾ ਸੂਆ ਇਸ ਹੁੰਦੀ ਆ। ਕਿੰਨੇ ਕਿ ਦਿਨ ਲੈਂਦੀ ਆ? ਬਸ ਇਹ 5-6 ਦਿਨ ਲਊ ਜੀ, 5-6 ਦਿਨ ਲਊ। ਹਾਂਜੀ ਕੀ ਰਿਕਾਰਡ ਆ ਦੁੱਧ ਦਾ ਬਾਈ? ਬਾਈ ਜੀ ਪਹਿਲੇ ਸੂਏ ਦਾ ਇਹ ਦਿੱਤਾ ਹੋਇਆ 14-15 ਲੀਟਰ। ਠੀਕ ਆ ਬਾਈ, ਐਤੀ ਇਹ ਮੰਨ ਕੇ ਚਲੋ 20 ਦੇ ਨੇੜੇ ਦੇਊ ਜੇ ਬੰਦਾ ਸੇਵਾ ਵਾਲੇ ਕੋਲ ਜਾਵੜੇ। ਸਹੀ ਆ ਬਾਈ, ਖੋਲਿਓ ਬਾਈ ਤੋਰ, ਕੱਲੀ ਕੱਚੀ ਕੱਚੀ ਆ ਬਾਈ, ਦਿਨ ਲੈਂਦੀ ਆ, ਬਾਕੀ ਬਾਲੀ ਸਾਫ਼ ਸੁਥਰੀ ਹੈ ਬੱਚੀ, ਚੰਗੀ ਆ ਬਾਈ, ਸਨੈਕੀ ਆ। ਤੇ ਲੇਵਾ ਦੇਖੋ, ਲੇਵੇ ਦੀਆਂ ਢੱਲਾਂ ਢੁੱਲਾਂ ਦੱਸਦੇ ਆ, ਆਰਡਰ ਆ ਜਿਹੜਾ ਇਹਨੇ ਬਹੁਤ ਸੋਹਣਾ ਤਿਆਰ ਕਰ ਲੈਣਾ। ਨੇੜੇ ਜਾ ਕੇ ਥਣ ਬਹੁਤ ਚੰਗਾ ਲੱਗਿਆ, ਮੁੱਠੀ ਵਾਲਾ ਥਣ, ਕੱਲਾ ਕੱਲਾ ਥਣ, ਪੂਰੀ ਵਿੱਥੀ ਦੇ ਥਣ। ਕੀ ਮੁੱਲ ਆ ਬਾਈ ਜੈ? ਸਫਾਈ ਸਫੂਈ ਬਾਹਲੀ ਹੈ ਜਾਂ ਨੇੜੇ ਦਿਖਾ? ਸਹੀ ਗੱਲ ਹੈ, ਐ ਨਹੀਂ ਗੱਲ ਕਿਸੇ ਲੇਵੇ ਦੀ ਸਫਾਈ ਬਹੁਤ ਆ, ਲੈ ਕਿਆ ਢੁੱਲਾਂ ਬਹੁਤ ਪਈਆਂ, ਸਾਰੀਆਂ ਬਲ ਢੁੱਲਾਂ ਕੱਢੋ ਫਿਰ ਕਰਮ ਆਈ ਨੇ, ਸੋਹਣਾ ਗਾ। ਮੁੱਲ ਕੀ ਆ ਬਾਈ ਜੈ? ਅੱਜ ਦਾ ਮੁੱਲ ਬਾਈ ਜੀ 48-50 ਦੀ ਦੇ ਦਾਂਗੇ। 48-50 ਦੀ ਮਾਨ ਤਾਨ ਹੋ ਜੂ? ਬਸ ਮਾਨ ਤਾਨ ਕੱਲਾ ਛੋੜ ਹੋ ਜੀ, ਐਵੇਂ ਆਪਾਂ ਜੀ ਰੇਟ ਪਹਿਲਾਂ ਹੀ ਜਾਇਜ਼ ਆ ਬਾਈ, ਆਪਾਂ ਕਹਿ ਕੇ ਸੱਦ ਲਗੇ ਕੋਈ ਫਾਇਦਾ ਨਹੀਂ, ਆਪਾਂ ਕੱਚੀ ਗੱਲ ਨਾ ਕਰੀ ਹੈ ਨਾ ਕਰਨੀ ਜੀ।
ਕਿੰਨੇ ਕਿੰਨੇ ਮੰਨ ਕੇ ਲੋ ਹਫ਼ਤੇ ਕਰੀ ਕੱਚੀ ਹੈ ਬੱਚੀ, ਹਫ਼ਤੇ ਕਰੀ ਕੱਚੀ, ਝੋਲੀ ਝਾਲੀ ਬਹੁਤ ਆਈ ਬੱਚੀ, ਆਰਡਰ ਬੜਾ ਕਮਾਲ ਦਾ ਨਾ, ਹਾਂਜੀ ਬਰੀਕੀਆਂ ਬਹੁਤ ਆਈ, ਆਰਡਰ ਥਾਨ ਬਹੁਤ ਚੰਗਾ, ਬਰੀਕੀਆਂ ਬਹੁਤ ਆ, ਮੁੱਠੀ ਵਾਲਾ ਥਾਨ ਚਾਰੇ ਤਾਂ ਬੜਾ ਚੰਗਾ ਲੱਗਾ ਜੀ, ਮੋਟਾ ਮੋਟਾ ਥਾਨ ਖੋਲ ਦੋ ਬਈ, ਤੋਰ ਕੇ ਦਿਖਾ ਦੋ, ਕੱਦ ਬੜ ਚੰਗਾ, ਬ੍ਰੈਂਡ ਬ੍ਰੁੰਡ ਚੰਗਾ, ਕੱਲੀ ਕੱਚੀ ਕੱਚੀ ਦਿਨ ਲੈਂਦੀ ਆ, ਉਹਦੋਂ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ, ਬਾਕੀ ਤੋਰਾ ਤਾਰਾ ਦਿਖਾ ਦੇ ਬਈ, ਤੋਰਾ ਵੀ ਗਰਮ ਵਾਲੀ ਦਾ ਚੰਗਾ ਹਨਾ ਜੀ, ਕੀ ਮੁੱਲ ਆ ਜੀ ਜਾਇਜ਼ ਦਾ ਬਈ ਜੀ? ਅੱਜ ਮੁੱਲ ਜਮਾਂ ਹੀ ਆਪਣੇ ਜਾਇਜ਼ ਆ, ਇਹ ਵੀ 48 ਰੁਪਏ ਦੇ ਦਾਂਗੇ ਵੀ, ਠੀਕ ਆ ਬਈ, ਕੱਦ ਕਾਠ ਵਾਲੇ ਪੂਰੀ 48,500 ਰੁਪਇਆ ਮੁੱਲ ਆ, ਮਾਨ ਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ, ਕੱਲੀ ਕੱਚੀ ਕੱਚੀ ਆ ਬਈ, ਲੇਵਾ ਇਹ ਵੀ ਸੋਹਣਾ ਤਿਆਰ ਕਰੋ, ਲੇਵੇ ਦੀ ਜਿਹੜੀ ਬਾਂਤਰਾ ਦੇਖੋ, ਫਾੜੀ ਵਾਲਾ ਆਰਡਰ ਕਰਨ ਵਾਲੀ ਤਿਆਰ ਕਰਦੀ ਹੁੰਦੀ ਆ, ਕੱਲਾ ਕੱਲਾ ਥਣ, ਮੁੱਠੀ ਵਾਲਾ ਥਣ, ਪੂਰੀ ਵਿੱਚ ਬਾਕੀ ਠੰਡੀ ਠੰਡੀ ਦਾ ਕੋਈ ਅੰਤ ਹੀ ਨਹੀਂ ਹੈ, ਪਹਿਲੇ ਵਾਲਾ ਕੰਮ ਨਹੀਂ ਲੱਤ ਛੱਡਦਾ, ਸੀਲ ਬਹੁਤ ਆ ਨਾ, ਹਾਂਜੀ ਬੜੀ ਸੀਲ ਸਹੀ ਗੱਲ। ਅੱਗੇ ਬਈ ਲਾਸਟ ਕਿਹੜਾ ਸੂਆ ਬਈ? ਬਈ ਜੀ ਦੂਜਾ ਸੂਆ ਸੁਣਦੀ ਆ, ਇਹ ਵੀ ਤਿਲ ਹੈ, ਤਿਲ ਹੈ ਵੀ, ਹਾਂ ਠੀਕ ਆ, ਇਹ ਵੀ ਤਿਲ, ਕਿੰਨੇ ਕਿੰਨੇ ਲੈਂਦੀ ਆ ਬਈ? ਇਹ ਵੀ ਲੈ ਜੀ 6-7 ਦਿਨ, 6-7 ਦਿਨ, ਹਾਂਜੀ, ਕੀ ਰਿਕਾਰਡ ਉਹਦਾ? ਮਗਰਲੇ ਥਣ ਦੀ ਤਿਲ ਹੈ, ਕਵੈਣੀ ਵਾਲੇ ਦੀ, ਕਵੈਣੀ ਵਾਲੇ ਦੀ, ਹਾਂਜੀ, ਕੀ ਰਿਕਾਰਡ ਉਹਦਾ ਬਈ? ਬਈ ਜੀ ਦੁੱਧ ਦਾ ਮਤਲਬ ਵੀ ਆਪਾਂ ਉਹਨਾਂ ਨੂੰ ਤਾਂ ਪੁੱਛਿਆ ਨਹੀਂ, ਮੈਂ ਕਹਿ ਦਈਏ ਪਰ ਦੁੱਧ 20 ਲੀਟਰ ਪਾ ਦੋ ਜੀ, ਮੈਨੂੰ ਇਹਦੀ ਉਮੀਦ ਆ, ਜਾਤ ਪਾ ਦਾ ਪੂਰੀ, ਠੀਕ ਆ ਬਾਈ, ਹਾਂਜੀ ਪਿਛਲੇ ਸੂਏ ਦਾ ਆਪਾਂ ਪੁੱਛਿਆ ਨਹੀਂ, ਮੈਂ ਕਹਿ ਦਈਏ, ਓਕੇ, ਹਾਂ ਠੀਕ ਆ ਬਾਈ, ਕੱਲੀ ਕੱਚੀ ਕੱਚੀ ਆ ਬਾਈ, ਇੱਕ ਥਣੋਂ ਤਿਲ ਆ, ਫੇਸ ਬੜਾ ਚੰਗਾ, ਊਂ ਰਾਜੀ ਆ, ਸਮੀ ਪਲੀ ਆ ਬੈਣ, ਤੂਰਾ ਤਾਰਾ ਦੇਖੋ, ਤੂਰਾ ਤਾਰਾ ਵੀ ਘਰ ਮਾਈ ਦਾ ਚੰਗਾ, ਕੀ ਮੁੱਲ ਆ ਜੀ ਇਹਦਾ ਜਾਇਜ਼ਾ? ਬਾਈ ਜੀ ਇਹ ਅੱਜ ਕੱਚੀ ਦੇ ਹਿਸਾਬ ਨਾਲ 36,500 ਦੀ ਵੜ ਦੇ ਦਾਂਗੇ, 36,500 ਰੁਪਇਆ ਮਾਨ ਤਾਂ ਹੋ ਜੂ, ਬਸ ਛੋੜ ਵਾਲਾ ਹੋ ਜੀ ਮਾਨ ਤਾਂ, ਠੀਕ ਹੈ, ਹਾਂ ਪਹਿਲਾਂ ਮੁੱਲ ਹੀ ਨਹੀਂ ਆਪਣਾ, ਪਰ ਮੁੱਲ ਹੀ ਜਮਾ ਐਡਜਸਟ ਕਰਕੇ 36,500 ਰੁਪਇਆ ਮੁੱਲ ਆ ਬਾਈ, ਮਾਨ ਤਾਂ ਜਿਹੜਾ ਮੌਕੇ ਤੇ ਦੁੱਧ 20 ਲੀਟਰ ਪਾਉਣਾ ਜੀ ਬੈੜ ਨੇ, ਜਿਹੜੇ ਬੰਦੇ ਨੇ ਹੁਣ ਦੁੱਧ ਤੇ ਲਾਉਣੀ, ਜਿਹਨੂੰ ਕੀ ਮਾੜੀ ਆ, ਤਿਲ ਦਾ ਰੇਟ ਹੀ ਜੋ ਤਿਲ ਦਾ ਹੁਣ ਆਪਣਾ, ਹਨਾ ਸਹੀ ਗੱਲ ਹੈ, ਸਹੀ ਨਹੀਂ ਤਾਂ ਬੈੜ 65,000 ਦੀ ਜੀ, ਕੱਚੀ ਕੱਚੀ ਆ ਦੇਣ ਲੈਂਦੀ ਆਰਡਰ ਜਿਹੜਾ ਸੋਹਣਾ ਤੇ, ਹਲੇ ਹੁਣੀ ਆਈ ਆ, ਥੋੜਾ ਤਾਂ ਡਰੀ ਜਾਂਦੀ ਆ, ਹੁਣੀ ਆਈ ਆ, ਸਹੀ ਗੱਲ ਆ ਬਈ, ਨਗ ਸੀ ਭਰਾ ਕੋਲੇ 9-9 ਦੇ 9 ਦਿਖਾਤੀ, ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ, ਧੰਨਵਾਦ।